ਵਾਲੀ ਕੁੜੀਆਂ ਕਿਸੇ ਨਾਲੋਂ ਘੱਟ ਨੇ, ਕੁੜੀਆਂ ਤਾਂ ਮੁੰਡਿਆਂ ਤੋਂ ਵੀ ਕੰਮ ਵੱਧ ਕਰਦੀਆਂ ਨੇ। ਅੱਜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਲੜਕੀ ਹੈ ਜਿਸਦਾ ਨਾਂ ਜਿਹੜਾ ਹੈ ਤਾਪਸੀ ਉਪਾਧਿਆ ਹੈ, ਅਤੇ ਬੀਟੈਕ ਪਾਣੀਪੁੜੀ ਵਾਲੀ ਦੇ ਨਾਲ ਇਹ ਮਸ਼ਹੂਰ ਹੈ। ਇਸਦਾ ਨਾਂ ਦਿੱਲੀ ਦੇ ਵਿੱਚ ਪੂਰਾ ਡਾਂਕਾ ਵੱਜਦਾ ਹੈ। ਕੁੜੀ ਨੇ ਇਕੱਲੀ ਨੇ ਮਿਹਨਤ ਦੇ ਨਾਲ ਸਾਈਕਲ ਤੋਂ ਸ਼ੁਰੂਆਤ ਕੀਤੀ ਸੀ, ਵੀਡੀਓ ਨਾਲ ਨਾਲ ਚੱਲੀ ਜਾਂਦੀ ਹੈ, ਸਾਈਕਲ ਤੋਂ ਸ਼ੁਰੂਆਤ ਕਰਕੇ ਬੁਲਟ ਲਿਆ, ਅਤੇ ਬੁਲਟ ਤੋਂ ਬਾਅਦ ਜਿਹੜੀ ਰੇਹੜੀ ਆ ਹੁਣ ਥਾਰ ਦੇ ਨਾਲ ਬੰਨ ਕੇ ਲਿਆਉਂਦੀ ਹੈ, ਅਤੇ ਖਵਾਉਂਦੀ ਕੀ ਹੈ ਗੋਲ ਗੱਪੇ ਅਤੇ ਭੱਲੇ। ਯਾਰ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹੇ ਮਿਹਨਤ ਕਰਨ ਵਾਲੇ ਦੇ ਲਈ ਪਹਿਲਾਂ ਤਾਂ ਇੱਕ ਲਾਈਕ ਕਰਕੇ ਨਾ ਸ਼ੇਅਰ ਕਰ ਦਿਓ, ਅਤੇ ਕਮੈਂਟਾਂ 'ਚ ਨਾ ਆਪਦੀ ਰਾਏ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਸਭ ਤੋਂ ਵੱਡਾ ਸਹਿਯੋਗ ਪਰਿਵਾਰ ਦਾ ਹੁੰਦਾ। ਜੇ ਪਰਿਵਾਰ ਲੜਕੀਆਂ ਨੂੰ ਸਪੋਰਟ ਕਰਨ ਤਾਂ ਲੜਕੀਆਂ ਕੀ ਨਹੀਂ ਕਰ ਸਕਦੀਆਂ, ਕਿਉਂਕਿ ਮੁੰਡਿਆਂ ਤੋਂ ਘੱਟ ਨਹੀਂ ਕਿਸੇ ਵੀ ਗੱਲੋਂ। ਅਤੇ ਲੜਕੀ ਨਾ ਦਿੱਲੀ ਦੇ ਵਿੱਚ ਨਾਂ ਚੱਲਦਾ ਬੀਟੈਕ ਪਾਣੀਪੁੜੀ ਵਾਲੀ ਦੇ ਨਾਂ ਨਾਲ ਮਸ਼ਹੂਰ ਇਹ ਲੜਕੀ, ਇਸਨੇ ਮਿਹਨਤ ਦੇ ਨਾਲ ਉਹ ਮੁਕਾਮ ਹਾਸਲ ਕੀਤਾ, ਅੱਜ ਕਰੋੜਾਂ ਰੁਪਈਆ ਕਮਾ ਰਹੀ ਆ, ਲੱਖਾਂ ਰੁਪਏ ਕਮਾ ਰਹੀ ਆ, ਸਿਰਫ ਔਰ ਸਿਰਫ ਆਪਣੇ ਜਜ਼ਬੇ ਅਤੇ ਹੌਸਲੇ ਦੇ ਨਾਲ। ਮਿਹਨਤ ਕਰਨ ਵਾਲੇ ਕਦੇ ਨਹੀਂ ਹਾਰਦੇ ਹੁੰਦੇ, ਅਤੇ ਜਦੋਂ ਹੌਸਲਾ ਅਤੇ ਜਜ਼ਬਾ ਜਿਸ ਕੋਲ ਹੁੰਦਾ ਨਾ, ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ, ਅਤੇ ਉਹ ਹਰ ਮੈਦਾਨ ਫਤਿਹ ਕਰਦੇ ਨੇ। ਇਸ ਲੜਕੀ ਦੇ ਲਈ ਸਲਿਊਟ ਬਣਦਾ ਹੈ ਜਿਸਨੇ ਮਿਹਨਤ ਕਰਕੇ ਜਿਹੜਾ ਆਪਣਾ ਨਾਮ ਚਮਕਾਇਆ, ਅਤੇ ਸਾਈਕਲ ਤੋਂ ਥਾਰ ਤੱਕ ਦਾ ਸਫ਼ਰ ਤੁਸੀਂ ਆ ਵੀਡੀਓ ਜਿਹੜੀਆਂ ਨਾਲ ਚੱਲੀ ਜਾਂਦੀਆਂ ਨਾ, ਵੀ ਲੋਕ ਇਸਦੇ ਫੈਨ ਨੇ, ਕਿਉਂਕਿ ਪਾਣੀਪੁੜੀ ਵਾਲੀ ਬੀਟੈਕ ਵਾਲੀ ਦੇ ਨਾਂ ਨਾਲ ਇਹ ਮਸ਼ਹੂਰ ਹੈ। ਅਤੇ ਤੁਸੀਂ ਦੋਸਤੋ ਆਪਦੀ ਰਾਏ ਜ਼ਰੂਰ ਸਾਂਝੀ ਕਰਿਓ ਇਸ ਵੀਡੀਓ ਬਾਰੇ, ਕੀ ਕਹਿਣਾ ਤੁਹਾਡਾ ਕਿ ਕੁੜੀਆਂ ਕਿਸੇ ਗੱਲ ਨਾਲੋਂ ਘੱਟ ਨੇ ਜਾਂ ਨਹੀਂ, ਕਿਉਂਕਿ ਮੁੰਡਿਆਂ ਨੂੰ ਵੱਧ ਸਮਝਣਾ ਛੱਡ ਦਿਓ ਪਰਿਵਾਰ ਵਾਲੇ, ਕਿਉਂਕਿ ਸਭ ਪਰਿਵਾਰਾਂ ਨੂੰ ਇਹ ਅਪੀਲ ਵੀ ਹੈ ਕਿ ਕੁੜੀਆਂ ਨੂੰ ਘੱਟ ਨਾ ਸਮਝੋ, ਕਿਉਂਕਿ ਕੁੜੀਆਂ ਨੂੰ ਜੇ ਤੁਸੀਂ ਆਪਦੀ ਆਜ਼ਾਦੀ ਦੇ ਨਾਲ ਜ਼ਿੰਦਗੀ ਜਿਉਣ ਦਿਓਗੇ ਤਾਂ ਹੀ ਉਹ ਆਪਣੇ ਮੁਕਾਮ 'ਤੇ ਪਹੁੰਚ ਸਕਦੀਆਂ ਨੇ, ਤਾਂ ਹੀ ਉਹ ਆਪਣਾ ਜਿਹੜਾ ਏਮ ਹੈ ਉਹ ਅਚੀਵ ਕਰ ਸਕਦੀਆਂ ਨੇ। ਤਾਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ, ਵੱਧ ਤੋਂ ਵੱਧ ਸਪੋਰਟ ਕਰਿਓ ਇਸ ਧੀ ਨੂੰ, ਕਿਉਂਕਿ ਧੀਆਂ ਦਾ ਮਾਣ ਵਧਾਰੀਏ, ਲੜਕੀ ਦੇ ਮਿਹਨਤ ਕਰਕੇ ਅੱਗੇ ਆਈ ਹੈ। ਮਿਲਦੇ ਹਾਂ ਇੱਕ ਅਗਲੀ ਵੀਡੀਓ ਦੇ ਨਾਲ, ਧੰਨਵਾਦ।